ਇਸ ਮਸ਼ਹੂਰ ਐਕਟਰ ਤੇ ਲੱਗੇ ਖੂਨ ਕਰਨ ਦੇ ਇਲਜ਼ਾਮ। ਇਸ ਐਕਟਰ ਤੇ ਲੱਗੇ ਕਤਲ ਕਰਨ ਦੇ ਇਲਜ਼ਾਮ, ਪੁਲਿਸ ਦੇ ਵੱਲੋਂ ਕੀਤਾ ਗਿਆ ਗ੍ਰਿਫਤਾਰ। ਸਾਊਥ ਇੰਡਸਟਰੀ ਤੋਂ ਬੇਹੱਦ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਕੰਨੜ ਇੰਡਸਟਰੀ ਦੇ ਫੇਮਸ ਐਕਟਰ ਦਰਸ਼ਨ ਦੁਗੂਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ। ਦਰਅਸਲ ਉਹਨਾਂ ਤੇ ਇੱਕ ਵਿਅਕਤੀ ਦੀ ਹੱਤਿਆ ਕਰਨ ਦੇ ਇਲਜ਼ਾਮ ਲੱਗੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਹੀ ਮੈਸੂਰ ਦੇ ਫਾਰਮ ਹਾਊਸ ਤੋਂ ਪੁਲਿਸ ਵੱਲੋਂ ਹਿਰਾਸਤ 'ਚ ਲਿਆ ਗਿਆ ਅਤੇ ਪੁਲਿਸ ਹੁਣ ਉਹਨਾਂ ਨੂੰ ਬੈਂਗਲੁਰੂ ਲੈ ਕੇ ਆ ਰਹੀ ਹੈ। ਦੱਸ ਦਈਏ ਕਿ ਐਕਟਰ ਨੇ ਜੋ ਕਤਲ ਕੀਤਾ ਹੈ ਤਾਂ ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੇ ਵੱਲੋਂ ਜੋ ਆ ਦਰਸ਼ਨ ਦੇ ਕੋ ਐਕਟਰਸ ਨੂੰ ਅਸ਼ਲੀਲ ਮੈਸੇਜ ਭੇਜੇ ਜਾ ਰਹੇ ਸੀ, ਜਿਸ ਤੋਂ ਬਾਅਦ ਐਕਟਰ ਨੇ ਗੁੱਸੇ 'ਚ ਆ ਕੇ ਇਸ ਵਿਅਕਤੀ ਦੇ ਉਹਦੀ ਹੱਤਿਆ ਕਰਵਾ ਦਿੱਤੀ ਹੈ। ਦੱਸ ਦਈਏ ਕਿ ਲੋਕਪ੍ਰਿਯ ਕੰਨੜ ਐਕਟਰ ਦਰਸ਼ਨ ਦੁਗੂਪਿਤਾ ਦੇ ਸੰਗੀਨ ਇਲਜ਼ਾਮ ਲੱਗੇ ਨੇ, ਜਿਸ ਤੋਂ ਬਾਅਦ ਬਹੁਤ ਸਾਰੇ ਚਸ਼ਮਦੀਦਾਂ ਵੱਲੋਂ ਬਿਆਨ ਦਿੱਤੇ ਗਏ, ਜਿਸ ਤੋਂ ਬਾਅਦ ਇਸ ਐਕਟਰ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਹੁਣ ਬੈਂਗਲੁਰੂ ਪਹੁੰਚ ਕੇ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਜਾਵੇਗੀ। ਐਕਟਰ ਨੂੰ 6 ਦਿਨ ਦੀ ਨਿਆਂਇਕ ਹਿਰਾਸਤ ਦੇ ਉੱਤੇ ਭੇਜ ਦਿੱਤਾ ਗਿਆ। ਸੋ ਪੂਰਾ ਮਾਮਲਾ ਕੀ ਹੈ ਇਹ ਵੀ ਦੱਸ ਦਿੰਦੇ ਹਾਂ। ਦਰਅਸਲ ਐਤਵਾਰ ਨੂੰ ਚਿੱਤਰਦੁਰਗ ਜ਼ਿਲ੍ਹੇ 'ਚ ਰਹਿਣ ਵਾਲੇ 47 ਸਾਲਾਂ ਦੇ ਰੇਣੂਕਾ ਸਵਾਮੀ ਨਾਮ ਦੇ ਇੱਕ ਸ਼ਖਸ ਦਾ ਸ਼ਵ ਜੋ ਆ ਪੁਲਿਸ ਨੂੰ ਮਿਲਦਾ ਹੈ। ਇਹ ਜੋ ਲਾਸ਼ ਹੁੰਦੀ ਹੈ ਪੁਲਿਸ ਸਟੇਸ਼ਨ ਦੇ ਨੇੜੇ ਪੈਂਦੇ ਨਾਲੇ 'ਚੋਂ ਹੀ ਮਿਲਦੀ ਹੈ, ਜਿਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਜੋ ਸੀ ਇੱਕ ਫਾਰਮੇਸੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ, ਜਿਸ ਤੋਂ ਜਿੱਥੋਂ ਦੀ ਇਹ ਵਿਅਕਤੀ ਐਕਟਰੈਸ ਪਵਿੱਤਰਾ ਗੋੜਾ ਨੂੰ ਅਸ਼ਲੀਲ ਮੈਸੇਜ ਭੇਜਦਾ ਸੀ, ਸੋਸ਼ਲ ਮੀਡੀਆ ਉੱਤੇ ਗਲਤ ਟਿੱਪਣੀਆਂ ਕਰਦਾ ਸੀ। ਇਸ ਗੱਲ ਤੋਂ ਦੁਖੀ ਹੋ ਕੇ ਐਕਟਰੈਸ ਦੇ ਵੱਲੋਂ ਜੋ ਆ ਐਕਟਰ ਦਰਸ਼ਨ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਅਤੇ ਅਜਿਹਾ ਦੱਸਿਆ ਜਾ ਰਿਹਾ ਕਿ ਪਵਿੱਤਰਾ ਅਤੇ ਦਰਸ਼ਨ ਕਾਫੀ ਕਰੀਬੀ ਦੋਸਤ ਸੀ। ਤਾਂ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਪਵਿੱਤਰਾ ਨੇ ਰੇਣੂਕਾ ਸਵਾਮੀ ਦੀ ਹਰਕਤ ਦੀ ਸ਼ਿਕਾਇਤ ਦਰਸ਼ਨ ਨਾਲ ਕੀਤੀ ਤਾਂ ਦਰਸ਼ਨ ਨੂੰ ਇਸ ਗੱਲ ਦੇ ਉੱਤੇ ਗੁੱਸਾ ਆਉਂਦਾ ਤੋ ਆਪਣੇ ਦੋਸਤ ਵਿਨ ਨੂੰ ਲੈ ਕੇ ਬੈਂਗਲੁਰੂ ਪਹੁੰਚਦਾ, ਜਿੱਥੇ ਰੇਣੂਕਾ ਨੂੰ ਦੱਸਿਆ ਜਾ ਰਿਹਾ ਕਿ ਪ੍ਰਤਾੜਿਤ ਕੀਤਾ ਜਾਂਦਾ, ਉੱਥੇ ਉਸ ਦੀ ਜਾਨ ਲੈ ਲਈ ਜਾਂਦੀ ਹੈ। ਰਿਪੋਰਟਸ ਮੁਤਾਬਿਕ 8 ਆਰੋਪੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਰੇਣੂਕਾ ਸਵਾਮੀ ਦੇ ਉੱਤੇ ਹਮਲੇ ਦੇ ਦੌਰਾਨ ਕੰਨੜ ਐਕਟਰ ਦਰਸ਼ਨ ਵੀ ਮੌਜੂਦ ਸੀ। ਜਾਣਕਾਰੀ ਦੇ ਅਨੁਸਾਰ ਰੇਣੂਕਾ ਜਿਸਦਾ ਖੂਨ ਹੋ ਚੁੱਕਿਆ ਉਸਦੇ ਉੱਤੇ ਲੱਕੜੀ ਦੇ ਡੰਡਿਆਂ ਦੇ ਨਾਲ ਉਸਦੀ ਮਾਰ ਕੁੱਟ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਅਤੇ ਹੁਣ ਅਜਿਹਾ ਵੀ ਦੱਸਿਆ ਜਾ ਰਿਹਾ ਕਿ ਐਕਟਰ ਦਰਸ਼ਨ ਤੋਂ ਬਾਅਦ ਉਹਨਾਂ ਦੀ ਕਰੀਬੀ ਦੋਸਤ ਅਤੇ ਐਕਟਰੈਸ ਪਵਿੱਤਰਾ ਗੋੜਾ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਸੋ ਹਰ ਕੋਈ ਇਸ ਖਬਰ ਨੂੰ ਸੁਣ ਕੇ ਕਾਫੀ ਜ਼ਿਆਦਾ ਹੈਰਾਨ ਸੀ, ਕਿਉਂਕਿ ਜੋ ਕੰਨੜ ਐਕਟਰ ਦਰਸ਼ਨ ਹੈ ਉਹ ਕਾਫੀ ਜ਼ਿਆਦਾ ਫੇਮਸ ਹੈ, ਉਹਨਾਂ ਦੀ ਇੱਕ ਪੋਪੂਲੈਰਿਟੀ ਹੈ ਪੂਰੀ ਜਨਤਾ ਦੇ ਵਿੱਚ, ਪਰ ਅਜਿਹੀ ਖਬਰ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਅਤੇ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਅਸਲ ਕਹਾਣੀ ਕੀ ਹੈ, ਇਸ ਦੇ ਪਿੱਛੇ ਦੀ ਵਜ੍ਹਾ ਕੀ ਹੈ, ਕੀ ਅਜਿਹਾ ਐਕਟਰ ਦੇ ਵੱਲੋਂ ਅਸਲ 'ਚ ਕੀਤਾ ਗਿਆ ਜਾਂ ਫਿਰ ਨਹੀਂ।